ਖੋਲ ਸਕਦਾ ਕੈਮਰੇ ਮੋਰੇ ਲਿਫਟ ਕੇ ਦਿੱਤਾ ਭਾਣ। ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ, ਮਟਰ ਰਿਤਿਕ ਸ਼ਰਮਾ ਆਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਗਾਈਸ। ਅਤੇ ਗਾਈਸ ਅੱਜ ਦਾ ਆਪਣਾ ਵਲੋਗ ਹੈਗਾ ਵਾ ਨੋਰਮਲੀ ਡੇਲੀ ਰੂਟੀਨ ਵਾਲਾ, ਪਤਾ ਨਹੀਂ ਕੀ ਕਰਨਾ ਜਾਂ ਨਹੀਂ ਕਰਨਾ ਕੁਛ। ਆਓ ਦੇਖੋ ਉੱਧਰ ਖੜ੍ਹੇ ਨੇ, ਬਾਹਰ ਪੈ ਰਿਹਾ ਹਲਕਾ ਹਲਕਾ ਮੀਂਹ, ਅਤੇ ਮੈਂ ਕਿਹਾ ਚਲੋ ਹਾਂ ਪੈ ਰਿਹਾ ਮੀਂਹ, ਚਲੋ ਆਪਾਂ ਬਾਹਰ ਗੇੜਾ ਕੱਢਣ ਚੱਲਦੇ ਹਾਂ, ਨਾਲੇ ਮਜ਼ਾ ਬਹੁਤ ਆਊਗਾ ਠੀਕ ਆ। ਅਤੇ ਇਹ ਕਹਿੰਦੀ ਮੈਂ ਬੂਟਾ ਖਾਣਾ ਵਾ, ਅੱਜ ਮੇਰੇ ਯਾਰ ਦੋਸਤ ਦਾ ਬਰਥਡੇ ਵੀ ਆ, ਅਸੀਂ ਉੱਥੇ ਵੀ ਸ਼ਾਮੀ ਜਾਣਾ ਵਾ। ਅਤੇ ਗਾਇਸ ਵਲੋਗ ਦੇ ਨਾਲ ਜੁੜੇ ਰਹੀਏ, ਵਲੋਗ ਬਹੁਤ ਘੈਂਟ ਹੋਊਗਾ, ਕੋਸ਼ਿਸ਼ ਕਰਾਂਗੇ ਘੈਂਟ ਹੀ ਬਣਾਵਾਂਗੇ। ਅਤੇ ਚਿੰਤਪੁਰਨੀ ਵਾਲਾ ਵਲੋਗ ਕਿਵੇਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਹਾਲੇ ਮੈਂ ਉੱਠਿਆ ਵਾਂ ਜਿੰਮ ਚੋਂ, ਹੈ ਹੁਣ ਸਾਵਣ 'ਚ ਜਾਣਾ, ਤੁਹਾਡਾ ਬਰਥਡੇ ਵੀ ਆ ਰਿਹਾ ਵਾ, ਹੈਪੀ ਬਰਥਡੇ ਤੇ ਕੀ ਗਿਫਟ ਕਰਾਂ ਮੈਂ, ਕਿਆ ਪੇਟੀ ਦੇ ਦੇ ਦਾਰੂ ਦੀ। ਖਰਚਾ ਅਤੇ ਗਾਈਸ ਥੋੜ੍ਹੀ ਦੇਰ 'ਚ ਮਿਲਦੇ ਹਾਂ, ਅਸੀਂ ਬਾਹਰ ਚੱਲੇ ਹਾਂ ਘੁੰਮਣ, ਇਸ ਟਾਈਮ ਬਾਰਿਸ਼ ਦਾ ਆਨੰਦ ਲੈਣ ਕਰਕੇ। ਵੀ ਗਾਈਸ ਅਸੀਂ ਘਰ ਆ ਚੁੱਕੇ ਹਾਂ, ਇੱਧਰੋਂ ਮੇਰੀ ਬਾਈ ਨਹੀਂ ਉਹ ਆਈ, ਰੋਟੀ ਪੇ ਹੋ ਗਈ ਦੁਲਾਈ। ਹਾਂਜੀ ਬਾਈ ਰੋਟੀ ਨਹੀਂ ਬਣਾਉਂਦੀ ਮੇਰੇ ਵਾਸਤੇ, ਜਾਨੂ 25 ਕੀ ਰੋਟੀ ਲਾ ਦੀ ਲੋ ਜੀ, ਇਹਨਾਂ ਨੇ ਆਹ ਬਣਾਏ ਸੀ ਕਟਾਰ ਦੀ ਸਬਜ਼ੀ, ਕੀ ਕਹਿੰਦੇ ਆ ਕਟਰ ਕਟਰ, ਸਵਾਦ ਬਣੀ ਸੀ ਪਰਨਾ, ਸਵਾਦ ਬਣੀ ਆ। ਰੋਟੀਆਂ ਬਣਾ ਦਿਓ ਮੇਰੀਆਂ ਅਤੇ ਮੈਂ ਚੱਲਾਂ ਨਹਾਉਣ ਠੀਕ ਆ। ਸ਼ਾਮੀ ਆਪਾਂ ਜਾਣਾ ਬਰਥਡੇ ਪਾਰਟੀ 'ਤੇ, ਪਾਰਟੀ ਕਾਹਦੀ ਮਤਲਬ ਕਿ ਬਰਥਡੇ 'ਤੇ ਕੇਕ ਕਟਾਉਣ ਠੀਕ ਆ। ਤੁਹਾਨੂੰ ਪਤਾ ਆਪਣਾ ਯਾਰ ਹੈਗਾ ਉਹ ਬਚਪਨ ਦਾ, ਬਚਪਨ ਕਾ ਹੈ, ਅਤੇ ਨਾਲ ਹੀ ਉਹ ਗਾਈਸ ਹੁਣ ਗਿਫਟ ਬਣਵਾ ਕੇ ਆਏ ਉਹਦੇ ਵਾਸਤੇ ਗਿਫਟ। ਅਕੇਲੇ ਖਰਾਬ ਹੋ ਜਾਣੇ ਹਰਮਨ, ਖਰਾਬ ਹੋ ਜਾਣੇ ਜਿੱਦਾਂ ਤੁਸੀਂ ਰੱਖੇ ਹੋਏ ਨਾ, ਇੱਦਾਂ ਖਰਾਬ ਹੋ ਜਾਣੇ, ਇਹਨੂੰ ਬੰਨ੍ਹ ਕੇ ਰੱਖੋ ਉੱਪਰ ਉਹਦੀ ਕੋਈ ਚੀਜ਼ ਨਾ, ਇੱਦਾਂ ਫਿਰ ਖਰਾਬ ਨਹੀਂ ਹੁੰਦੇ। ਲੋ ਵੀ ਗਾਈਸ ਮੈਂ ਜਾ ਕੇ ਨਹਾ ਲਵਾਂ ਅਤੇ ਸ਼ਾਮੀ ਜਾਣਾ ਵੀ ਆ, ਅਤੇ ਇਹਨਾਂ ਨੇ ਪਤਾ ਨਹੀਂ ਅੱਜ ਆਈਟਮ ਵੀ ਬਣਾਉਣੀ ਆ, ਕੋਈ ਚੀਜ਼ ਬਣਾਉਣੀ ਆ। ਕੀ ਬਣਾਉਣਾ ਸੀ ਆਪਾਂ ਅੱਜ, ਨਹੀਂ ਬਣਾਉਣੀ, ਬਣਾਉਣਾ ਕੀ ਸੀ ਵੈਸੇ, ਹੈ ਸਬਜ਼ੀ ਬਣਾਉਣੀ, ਨਹੀਂ ਉਹ ਤਾਂ ਬਣਾਉਣਾ ਕੀ ਸੀ ਆਪਾਂ, ਕੜਾਈ ਪਨੀਰ, ਕੜਾਈ ਪਨੀਰ ਬਣਾਉਣਾ ਗਾਈਸ, ਕੜਾਈ ਪਨੀਰ ਚੈੱਕ ਕਰੀਓ ਸੀ। ਹਾਂਜੀ ਗਾਈਸ ਅਤੇ ਮੈਂ ਹੋ ਚੁੱਕੀ ਸੀਗੀ ਰੈਡੀ, ਅਤੇ ਇਹ ਸੋ ਚੁੱਕੇ ਸੀਗੇ, ਸੋ ਕੇ ਉੱਠੇ ਹੁਣੀ ਦੇ ਨਹਾਉਣ ਗਏ ਆ, ਮੈਂ ਨਹਾ ਕੇ ਰੈਡੀ ਹੋ ਚੁੱਕੀ ਸੀਗੀ। ਅਤੇ ਜਿਵੇਂ ਤੁਹਾਨੂੰ ਪਤਾ ਹੁਣ 7 ਵੱਜ ਗਏ ਆ, ਆਪਾਂ ਲੇਟ ਹੋ ਗਏ, ਵੈਸੇ ਮੈਂ 6 ਵਜੇ ਜਾਣਾ ਸੀਗਾ ਅਤੇ ਹੁਣ ਵੈਸੇ 6 ਵਜੇ ਜਾਣਾ ਸੀ, ਪਰ ਇਹ ਸੋ ਗਏ, ਮੈਂ ਇਹਨਾਂ ਨੂੰ ਉਠਾਇਆ ਨਹੀਂ ਉੱਠੇ, ਅਤੇ ਹੁਣ 8 ਵਜੇ ਤੱਕ ਇਹਨਾਂ ਨੇ ਜਿੰਮ ਚਲ ਜਾਣਾ ਆ, ਅਤੇ ਫਿਰ ਹੁਣ ਸਾਡੀ ਧੁੱਪ ਦੀ ਟਾਈਮ ਹੋ ਚੁੱਕਾ ਜਿਵੇਂ 7 ਵੱਜ ਜਾਂਦੇ ਆ, ਅਤੇ ਅਸੀਂ ਦੁਬਾਰਾ ਝਾੜੂ ਪੋਚਾ ਕਰੀਦਾ ਸ਼ਾਮ ਨੂੰ, ਅਤੇ ਮੈਂ ਪ੍ਰੋਪਰ ਸਾਰਾ ਦੁਬਾਰਾ ਘਰ ਸਾਫ਼ ਕੀਤਾ ਵਾ, ਝਾੜੂ ਪੋਚਾ ਦੁਬਾਰਾ ਕੀਤਾ, ਹੁਣ ਮੰਦਰ ਖੋਲੂੰਗੇ, ਧੁੱਪ ਬੱਤੀ ਦਾ ਟਾਈਮ ਆ, ਧੁੱਪ ਬੱਤੀ ਵਗੈਰਾ ਕਰਕੇ ਅਤੇ ਫਿਰ ਮੈਂ ਸ਼ਾਇਦ ਜਾਊਂ, ਫਿਰ ਆਪਾਂ ਜਾਵਾਂਗੇ, ਅਤੇ ਰਸਤੇ 'ਚ ਆਪਾਂ ਗਿਫਟ ਵੀ ਲੈਣਾ ਆ, ਅਤੇ ਗਿਫਟ ਲੈ ਕੇ ਫਿਰ ਅਸੀਂ ਉਹਨਾਂ ਦੇ ਦੀਪਕ ਜੀ ਦਾ ਘਰ, ਵੈਸੇ ਇਹਨਾਂ ਦੇ ਪੈਰ ਖੁਦ ਹੀ ਆ ਗਏ ਸੀ ਦੀਪਕ ਜੀ ਦੇ, ਅਤੇ ਫਿਰ ਮੁੜ ਕੇ ਥੋੜ੍ਹਾ ਟਾਈਮ ਬੈਠੇ, ਫਿਰ ਉਹ ਚਲੇ ਗਏ, ਅਤੇ ਹੁਣ 7 ਵੱਜ ਗਏ, ਹੁਣ ਅਸੀਂ ਨਿਕਲਾਂਗੇ ਘਰੋਂ, ਅਤੇ ਫਿਰ
ਉੱਥੇ ਜਾ ਕੇ ਅਸੀਂ ਤੁਹਾਨੂੰ ਵਲੋਗ ਕੰਟੀਨਿਊ ਕਰਾਂਗੇ। ਪਹਿਲਾਂ ਅਸੀਂ ਗਿਫਟ ਸ਼ੋਪ ਤੋਂ ਗਿਫਟ ਲਵਾਂਗੇ ਅਤੇ ਫਿਰ ਜਾਵਾਂਗੇ ਉੱਥੇ ਅਤੇ ਐਡੀ ਵਲੋਗ ਨਾਲ ਜੁੜੇ ਰਹੀਓ। ਤੁਸੀਂ ਉਹਨਾਂ ਵਾਸਤੇ ਕੀ ਗਿਫਟ ਲਿਆ ਵਾ ਉਹ ਤੁਹਾਨੂੰ ਵਲੋਗ ਦੇ ਵਿੱਚ ਦਿਖਾਵਾਂਗੇ ਜ਼ਰੂਰ। ਅਤੇ ਬਾਕੀ ਐਡੀ ਜੁੜੇ ਰਹੀਓ ਵਲੋਗ ਨਾਲ ਅਤੇ ਅਸੀਂ ਮਿਲ ਕੰਟੀਨਿਊ ਕਰਦੇ ਹਾਂ ਉੱਥੇ ਜਾ ਕੇ ਵਲੋਗ ਨਾਲ। ਮੈਂ ਉਹ ਵੀ ਗੱਲ ਕੇਕ ਲੈ ਦਿੱਤਾ ਹੋਇਆ ਸੀ, ਉਹਨਾਂ ਅਸੀਂ ਚੱਲੇ ਹਾਂ ਹਾਲੇ ਅਸੀਂ ਗਿਫਟ ਲੈਣਾ ਨਾ, ਹੁਣ ਬਸ ਗਿਫਟ ਲੈ ਲਈਏ, ਉਹਨੂੰ ਕੇਕ ਲੈ ਲਿੱਤਾ ਹੋਇਆ। ਚਲੋ ਚਲੀਏ। ਲਓ ਜੀ ਬਰਥਡੇ ਬੋਏ ਮੁੰਡਾ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ, ਮਤਲਬ ਵੀ ਯਾਰ ਤਾਂ ਨਾਮ ਤੋਂ ਆਈਡੀ ਆ ਜੀ। ਬਰਥਡੇ ਬੋਏ ਮੁੰਡੇ ਨੂੰ ਵਿਸ਼ ਕਰ ਦੋ, ਮੁੰਡਾ ਬਲੌਗ ਚੈੱਕ ਕਰੂਗਾ ਕਿੰਨੇ ਕਿੰਨੇ ਵਿਸ਼ ਕੀਤੀ ਆ ਹਨਾ, ਫਿਰ ਰਿਪਲਾਈ ਜ਼ਰੂਰ ਕਰੀ, ਥੱਲੇ ਰਿਪਲਾਈ ਕਰ ਰਹੀ ਠੀਕ ਆ, ਥੈਂਕ ਯੂ ਦੀਦੀ ਲਿਖ ਕੇ। ਲਓ ਜੀ ਗਾਈਸ ਆਪਾਂ ਘਰੇ ਆ ਗਏ ਨਿਪਕ ਜੀ ਦੇ ਤੇ ਕੇਕ ਕੱਟੀਏ ਤੇ ਚਲੀਏ, ਜਿੰਮ ਵੀ ਜਾਣਾ ਲੇਟ ਹੋ ਗਏ ਹਾਂ, ਡੋਲੇ ਲੈਣੇ ਅੱਜ, ਡੋਲੇ ਲਾਲ ਕਲਰ ਪਾਇਆ ਪੈਂਟ ਤੇ ਖਾਈ ਪੈਂਟ ਮਾੜੀ ਹਾਂ ਪਰੀ ਗਿਫਟ ਕੀ ਦਿੱਤਾ ਭਾਣ ਬਰਥਡੇ ਤੋਂ ਹੀ ਹੋਣੀ ਮਾਸਾ ਲਿਆਂਦੀਆਂ ਦੋ ਦੋ ਰੁਪਏ ਲਿਆ ਕਰੋ ਮਾਰ ਕਟਾਈਏ ਤੇਰਾ ਮਾਰਿਆ
ਓਏ ਕੀ ਖਾਈਦਾ ਬੰਦੇ ਵੀਡੀਓ ਜਲਦੀ ਪੀਆ ਵੀਡੀਓ ਤੇ ਦਾ ਖਾਓ ਹਾਂ ਕੱਟ ਦੀ ਨਾ ਪਾਣੀ ਖਾਓ ਐਂਟਰੀ ਫੋਰ ਦੀ ਆਏ ਕੋਈ ਵੀ ਆਉਂਦਾ ਐਂਟਰੀ ਫੋਰ ਚੋਕਲੇਟੀ ਹੋਈ ਜੀ ਜੈਮ ਚੋਕਲੇਟ ਨਹੀਂ ਹੁੰਦੀ ਲੈ ਤੂੰ ਮੁੰਡੇ ਕੇਕ ਕੱਟ ਹੋ ਗਿਆ ਨਾ ਤੁਸੀਂ ਕੋਲ ਕਰੀਏ ਮਾੜਾ ਜਾ ਬਟ ਕੁਛ ਇਹਨੂੰ ਆਸਾਨ ਦਾ ਭਾਈ ਵੀ ਹੱਸ ਪਿਆ ਸੀ ਨਹੀਂ ਭਾਈ ਵੀ ਹੱਸ ਪਿਆ ਸੀ ਆਪਣੇ ਪੈਸੇ ਦੀ ਥੈਂਕ ਯੂ ਕਿਹਾ ਖੋਲ ਸਕਦਾ ਕੈਮਰੇ ਮੂਹਰੇ ਸੁਣੀ ਸੀ ਮਤਲਬ ਜੀ ਯਾਰ ਇਹਨੇ ਮਤਲਬ ਕੱਢੇ ਜੀ ਇੱਕ ਵਾਰੀ ਮੇਰੇ ਤੋਂ ਤੇਰੀ ਵਾਲੀ ਫੋਟੋ ਹਰੇਕ ਵੀਡੀਓ 'ਚ ਆਉਂਦੀ ਹਰੇਕ ਵੀਡੀਓ 'ਚ ਤੁਸੀਂ ਸਾਡੀ ਆਂਟੀ ਵੀਡੀਓ ਚੈੱਕ ਕਰਿਓ ਹਰੇਕ ਵੀਡੀਓ 'ਚ ਇਹਦੀ ਫੋਟੋ ਆਉਣੀ ਆਉਣੀ ਆ ਕਮੈਂਟ ਕਰਕੇ ਦੱਸਿਓ ਕੀ ਲਿਖਿਆ ਸਾਹਮਣੇ ਠੀਕ ਹੈ ਸਾਰੇ ਜਣੇ ਕਮੈਂਟ ਕਰੀਓ ਤੂੰ ਰਿਪਲਾਈ ਕਰਨੇ ਠੀਕ ਹੈ ਸਾਰਿਆਂ ਨੂੰ ਦੀਪਕ ਭਾਈ ਇੱਕ ਹੋਰ ਕੇਕ ਕਟਾਉਂਦੇ ਹੋਏ ਆਮ ਮੂਹਰੇ ਹੋਏ ਨੇ ਆਮ ਮੂਹਰੇ ਹੋਏ ਨੇ ਟੁੱਟੀ ਆਲੀ ਚਲੋ ਮੋਮਬੱਤੀ ਤਾਂ ਲਾ ਦੋ ਮੋਮਬੱਤੀ ਲੈ ਕੇ ਨਹੀਂ ਆਏ
ਸੁੱਖਾ ਹੀ ਕੰਮ ਚਲਾ ਲਾ ਪਤਾ ਹੀ ਘਰੇ ਪਈਆਂ ਆਪਣੇ ਕੋਲ ਕਹਿੰਦੀ ਹੈ ਮੈਂ ਕਿੱਦਾਂ ਖਾਂਦਾ ਸੀ ਕਹਿੰਦਾ ਉਹ ਹੈ ਗਰੰਗਰ ਹਾਂਜੀ ਦੀਪਕ ਜੀ ਥੈਂਕ ਯੂ ਸੋ ਮਚ ਮੈਨੂੰ ਉਠਾ ਲਈਏ ਨਹੀਂ ਤਾਂ ਮੈਂ 1 ਵਜੇ ਤੋਂ ਪਹਿਲਾਂ ਨਹੀਂ ਉੱਠਦਾ ਅਤੇ ਤੁਸੀਂ ਮੈਨੂੰ 12 ਵਜਾ ਤੇ ਸੀਗੇ ਚਾਹ ਚੂ ਪੀ ਲਈ ਤਾਂ ਕਰਕੇ ਮੈਂ ਕਹਿ ਰਿਹਾ ਇੱਧਰੋਂ ਹਰਮਨ ਲੱਗੇ ਨੇ ਸਫਾਈ ਕਰਨ ਅਤੇ ਗਾਈਸ ਰਾਤੀ ਅਸੀਂ ਜ਼ਿਆਦਾ ਲੇਟ ਹੋ ਗਏ ਸੀਗੇ ਅਤੇ ਆ ਕੇ ਮੈਂ ਜਿੰਮ ਜਾਣਾ ਸੀ ਤਾਂ ਕਰਕੇ ਵਲੋਗ ਦੀ ਕਲਿੱਪ ਨਹੀਂ ਲੈ ਪਾਇਆ ਕਿਵੇਂ ਦਾ ਗਿਆ ਬਰਥਡੇ ਬੋ ਜੀ ਵਧੀਆ ਗਿਆ ਚਲੋ ਹੋਰ ਫਿਰ ਕਿਵੇਂ ਲੱਗਿਆ ਤੈਨੂੰ ਮਤਲਬ ਯਾਰ ਵਾਲੀ ਫੋਟੋ ਫੋਟੋ ਕਹਿਣ ਉਹ ਵੀ ਕਹਿਣ ਦੀ ਸਹੀ ਤਰੀਕੇ ਨਾਲ ਲਿਖਿਆ ਜਾਂਦਾ ਵੀਰੇ ਟੇਪ ਲਾ ਦੇਣੀ ਉੱਤੇ ਤਾਂ ਮੈਂ ਉੱਤੇ ਵੀ ਦੇਖੀ ਮਤਲਬ ਯਾਰ ਲਿਖਾਉਣਾ ਵਾ ਐਂ ਹਰੇਕ ਵੀਡੀਓ 'ਚ ਆਇਆ ਕਰੂੰ ਨਾਲੇ ਲਿਖਾ ਦੀ ਯਾਰ ਉਹ ਉੱਪਰ ਲਿਖਾਈ ਪਈ ਦੁਆਲੇ ਮੈਂ ਵੀ ਭਰੀ ਸੀ ਪਬਜੀ ਪਰ ਮੇਰਾ 2 ਦਿਨਾਂ ਬਾਅਦ ਗੁੱਸਾ ਚੜ ਗਿਆ ਮੈਂ ਡਿਲੀਟ ਕਰਤੀ ਹੁਣ ਮੈਂ ਡਾਊਨਲੋਡ ਨਹੀਂ ਕਰ ਸਕਦੀ ਬਿਕੋਜ਼ ਉਹਦੀ ਲੈਂਗੁਏਜ ਚੇਂਜ ਕਰਨੀ ਪੈਣੀ ਕੰਟਰੀ ਚੇਂਜ ਕਰਨੀ ਪੈਣੀ ਨਾ ਚਲੋ ਉੱਠ ਜਾਓ ਕੋਈ ਕੰਮ ਕਰ ਲਓ ਉੱਠ ਜਾਓ ਕੋਈ ਕੰਮ ਕਰ ਲਓ ਤੁਸੀਂ ਕੀ ਕੀਤਾ ਕੰਮ ਗਣਾਓ ਜਰਾ ਮੈਨੂੰ ਚਲ ਉੱਠਣ ਦਾ ਬੜਾ ਬਹੁਤ ਵੱਡਾ ਮੁੱਲ ਹੈ ਚਲੋ ਫਿਰ ਅੱਜ ਜਾਓ ਸਮਾਨ ਸਮੂਹ ਲੈ ਕੇ ਆਓ ਜਾ ਕੇ ਮੰਮਾ ਨਾਲ ਮੰਮਾ ਕਹਿੰਦੇ ਮੈਂ ਮੈਗੀ ਖਾਣੀ ਹੈ ਤੁਸੀਂ ਨਹੀਂ ਮੰਮਾ ਕਹਿੰਦੇ ਮੈਂ ਖਾਣੀ ਹੈ ਫਿਰ ਮੈਗੀ ਮੁਗੀ ਲੈ ਕੇ ਆਓ ਇਸ ਟਾਈਮ ਮੋਮੋਸ ਤਾਂ ਮਿਲੂਗੇ ਨਹੀਂ ਨਾ
ਆਨਲਾਈਨ ਹੀ ਮਿਲਨੇ ਆ ਨਾ ਮੰਮਾ ਦੇ ਦੁਆਲੇ ਹੋ ਗਏ ਸਵੇਰੇ ਸਵੇਰੇ ਹੈ ਤੇ ਮੈਂ ਬੋਲੂੰਗਾ ਫਾਇਦਾ ਕੋਈ ਰਾਤੀ ਮੈਂ ਖਾਦੇ ਨਹੀਂ ਕਿਉਂਕਿ ਰਾਤੀ ਮੈਂ ਲੇਟ ਹੋ ਗਈ ਸੀ ਮੈਂ ਰੋਟੀ ਬਣਾਉਣੀ ਸੀ ਕੱਲ ਸੰਡੇ ਆ ਅੱਜ ਕੱਲ ਸੰਡੇ ਆ ਆ ਲੈ ਲਾਵੇ ਹਾਂ ਚਿੱਲ ਮੋੜ ਤੇ ਵਿੱਲ ਮੋੜ ਲੋ ਵੀ ਗਾਈਸ ਅਤੇ ਤੁਹਾਨੂੰ ਜਿੱਦਾਂ ਦੱਸਿਆ ਸੀਗਾ ਕਿ ਮੈਂ ਕਿਉਂ ਇੰਨੇ ਪਾਊਂਗਾ ਇੰਸਟਾਗ੍ਰਾਮ 'ਤੇ ਮੈਂ ਲੇਟ ਹੋ ਗਿਆ ਸੀ ਬਹੁਤ ਮੈਂ ਪਾਈ ਨਹੀਂ ਹੈਗੀ ਹੁਣ ਮੈਂ ਇੱਕ ਦੋ ਦਿਨ ਤੱਕ ਜੇ ਸੰਡੇ ਜਾਂ ਮੰਡੇ ਕਿਉਂ ਇੰਨੇ ਪਾਊਂਗਾ ਜ਼ਰੂਰ ਚੈੱਕ ਕਰਿਓ ਇੰਸਟਾਗ੍ਰਾਮ 'ਤੇ ਸਾਰੇ ਜਾਣੇ ਠੀਕ ਆ ਜੀ ਅਤੇ ਆਪਾਂ ਵਲੋਗ ਕਿਉਂ ਦਾ ਆਨਸਰ ਦੇਵਾਂਗੇ ਇਹਦੇ 'ਚ ਆਹ ਬੈਠਾ ਦੀਪਕ ਕਿੱਥੇ ਹੈਗਾ ਦੀਪਕ ਤੂੰ ਆਹ ਫੋਟੋ 'ਚ ਹੈਗਾ ਨਾ ਨਹੀਂ ਹੈ ਉਹ ਫੋਟੋ 'ਚ ਹੈਗਾ ਉਹ ਤੇਰਾ ਜੇ ਟੂ ਵੱਜਦਾ ਸੈਮਸੰਗ ਗਲੈਕਸੀ ਪਤਾ ਨਹੀਂ ਜਾਣਦਾ ਨਾ ਹੋਵੇ ਤੈਨੂੰ ਪਤਾ ਨਹੀਂ ਹਾਂਜੀ ਹੁਣ ਤੁਸੀਂ ਆਹ ਬਣਾਓਗੇ ਅੱਜ ਫਿਰ ਚੀਜ਼ ਚਿੱਲੀ ਚੀਜ਼ ਸੀ ਉਹ ਕੜਾਈ ਪਨੀਰ ਬਸ ਕਰ ਗਾਲਾ ਪੈਣੀ ਹੋਣੀ ਦੋ ਮਿੰਟ ਤੱਕ ਫਿਰ ਹੁਣ ਕਰ ਲਾਂਗੇ ਕੋਈ ਗੱਲ ਨਹੀਂ ਦੋ ਮਿੰਟ ਤੱਕ ਠੀਕ ਆ ਅਕਸ਼ੇ ਕੁਮਾਰ ਲੱਗ ਰਿਹਾ ਅਤੇ ਚਲੋ ਠੀਕ ਆ ਗਾਈਸ ਮਿਲਦਾ ਕੋਈ ਨੈਕਸਟ ਵਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਹਰਮਨ ਨੇ ਕੀ ਬਣਾਉਣਾ ਵਾ ਕੜਾਈ ਪਨੀਰ ਉਹ ਨੈਕਸਟ ਵਲੌਗ ਉਹ ਲੈ ਕੇ ਆਵਾਂਗੇ ਤੁਹਾਡੇ ਲਈ ਜ਼ਰੂਰ ਦੇਖੀਓ ਅਤੇ ਇਹ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ